ਗੱਡੀਆਂ ਵੇਖੋ ਤੁਸੀਂ ਕਿੰਨੀਆਂ ਸ਼ਾਨਦਾਰ ਬਣਾਈਆਂ ਇਹਨਾਂ ਨੇ। ਸਿੱਖ ਆਰਮੀ ਸੀਗੀ ਜਿਹੜੀ ਵੀ ਬ੍ਰਿਟਿਸ਼ਰਸ ਦੇ ਨਾਲ ਲੜੀ ਸੀਗੀ, ਵਰਦੀ ਦੇ ਵਿੱਚ ਬਣਾਇਆ ਹੋਇਆ ਇਹਨਾਂ ਨੇ, ਸਾਰੇ ਫੋਟੋਆਂ ਖਿਚਾ ਰਹੇ ਆ ਉਹਦੇ ਨਾਲ। ਆਹ ਵੇਖੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ। ਅਤੇ ਅੱਜ ਅਸੀਂ ਆਏਗੇ ਐਡਲੇਡ ਸ਼ਹਿਰ ਸਿਟੀ ਦੇ ਵਿੱਚ, ਇੱਥੇ ਐਨਜ਼ੈਕ ਡੇ ਮਨਾਇਆ ਜਾ ਰਿਹਾ। ਐਨਜ਼ੈਕ ਡੇ ਦਾ ਮਤਲਬ ਵੀ ਇਹ ਜਿਵੇਂ ਫੌਜੀਆਂ ਦੀ ਨਹੀਂ ਹੁੰਦੀ, ਆਪਾਂ ਜਿਵੇਂ ਵਾਰ ਵਗੈਰਾ 'ਚ ਜਿਹੜੇ ਸ਼ਹੀਦ ਹੋਏ ਹੁੰਦੇ ਆ ਉਹਨਾਂ ਨੂੰ ਯਾਦਗਾਰ ਇਵੈਂਟ ਕਹਿੰਦੇ ਹੁੰਦੇ ਆ ਉਹਨੂੰ, ਅਤੇ ਉੱਥੇ ਆਏ ਸੀਗੇ ਅੱਜ। ਉਹ ਤਾਂ ਵੈਸੇ ਲੇਟ ਗਏ ਇੱਥੇ ਆਉਂਦੇ ਹੋਏ, ਕਿਉਂਕਿ ਸਾਨੂੰ ਪਤਾ ਨਹੀਂ ਸੀ ਟਾਈਮਿੰਗ ਦਾ, ਬਟ ਚਲੋ ਦੇਖਦੇ ਹਾਂ ਕਿੰਨਾ ਕੁ ਕਵਰ ਕਰ ਸਕਦੇ ਹਾਂ, ਤੁਹਾਨੂੰ ਦਿਖਾਉਂਦੇ ਹਾਂ ਅੱਗੇ, ਆ ਜਾਓ ਜੁੜੇ ਰਹੋ। ਆਹਾ, ਸਿਟੀ ਦੇ ਲਾਗੇ ਇੱਕ ਛੋਟੀ ਜਿਹੀ ਜਗ੍ਹਾ, ਮੈਨੂੰ ਜਗ੍ਹਾ ਦਾ ਨਾਂ ਨਹੀਂ ਪਤਾ ਵੈਸੇ, ਐਡਲੇਡ ਰਾਈਫਲ ਵਾਕਵੇ ਹੈ ਵੈਸੇ ਇਹਦਾ ਨਾਮ। ਇੱਥੇ ਆਏਗੇ ਅੱਜ ਅਸੀਂ, ਨਹੀਂ ਇਵੈਂਟ ਵੈਸੇ ਕਾਫੀ ਚੱਲ ਰਿਹਾ, ਮੈਂ ਵੇਖਿਆ ਨਹੀਂ ਪਹਿਲਾਂ, ਮੈਨੂੰ ਲੱਗਿਆ ਕਿਤੇ ਲੇਟ ਹੋ ਗਏ, ਬਟ ਨਹੀਂ ਲੇਟ ਨਹੀਂ ਹੈਗੇ, ਹਲੇ ਵੀ ਚੱਲ ਰਿਹਾ। ਅਤੇ ਤੁਹਾਨੂੰ ਦਿਖਾਉਂਦੇ ਹਾਂ, ਦੇਖੋ ਤੁਸੀਂ ਡਰੈਸਿਸ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਇਹਨਾਂ ਦੇ ਪਾਈਆਂ ਹੋਈਆਂ। ਆਪਣੇ ਮੈਂ ਫੇਸਬੁੱਕ ਸਕਰੋਲ ਕਰ ਰਿਹਾ ਸੀ ਅੱਜ ਸਵੇਰੇ, ਅਤੇ ਉਹਦੇ ਵਿੱਚ ਸਾਨੂੰ ਦੇਖ ਰਿਹਾ ਸੀਗਾ ਵੀ ਆਪਣੇ ਕਈ ਸਰਦਾਰ ਮੁੰਡੇ ਵੀ ਆਏ ਹੋਏ ਆ, ਦੇਖਦੇ ਹਾਂ ਜੇ ਕੋਈ ਮਿਲਦਾ ਇੱਥੇ ਇਹਨਾਂ 'ਚੋਂ ਕੋਈ, ਕੋਸ਼ਿਸ਼ ਕਰਾਂਗੇ ਵੀ ਜੇ ਉਹਨਾਂ ਨੂੰ ਵੀ ਕੈਪਚਰ ਕਰ ਸਕੀਏ। ਆਹ ਵੇਖੋ ਇੱਕ ਟੈਡੀ ਬੀਅਰ ਵੀ ਹੈਗਾ ਆਪਣਾ ਆਰਮੀ ਦੀ ਵਰਦੀ ਦੇ ਵਿੱਚ ਬਣਾਇਆ ਹੋਇਆ ਇਹਨਾਂ ਨੇ, ਸਾਰੇ ਫੋਟੋਆਂ ਖਿਚਾ ਰਹੇ ਆ ਉਹਦੇ ਨਾਲ। ਆਹ ਵੇਖੋ, ਉਹਦੇ ਨਾਲ ਫੋਟੋ ਵੀ ਕਰਾਈ ਸੀ ਅਸੀਂ ਆਰਮੀ ਵਾਲੇ ਨਾਲ ਜਿਹੜਾ ਆਇਆ ਸੀਗਾ, ਆਪਣਾ ਜਿਹੜਾ ਟੈਡੀ ਬੀਅਰ ਬਣਿਆ ਹੋਇਆ ਸੀ ਆਰਮੀ ਦੀ ਡਰੈਸ ਦੇ ਵਿੱਚ। ਆਹ ਕੁਛ ਗੇਮ ਵਗੈਰਾ ਚੱਲ ਰਹੀ ਆ, ਸਿੱਕਾ ਜਿਹਾ ਉਛਾਲਿਆ ਸੀਗਾ ਪਤਾ ਨਹੀਂ। ਸਾਰਿਆਂ ਨੇ ਬੀਅਰਸ ਵਗੈਰਾ ਖੋਲੀਆਂ ਹੋਈਆਂ ਨੇ, ਅਤੇ ਆਹ ਦੇਖੋ ਕਿੰਨੇ ਕਿੰਨੇ ਸਟਾਰ ਲੱਗੇ ਹੋਏ ਆ ਸਾਰਿਆਂ ਦੇ। ਵੈਸੇ ਮੈਨੂੰ ਉਮੀਦ ਨਹੀਂ ਸੀ ਵੀ ਸਾਨੂੰ ਕੁਛ ਕੰਟੈਂਟ ਮਿਲ ਜਾਣਾ ਅੱਜ, ਬਟ ਚਲੋ ਸੀਗਾ, ਚੱਲ ਰਿਹਾ ਸੀਗਾ, ਚਲੋ ਵਧੀਆ ਟਾਈਮ 'ਤੇ ਆ ਗਏ। ਅਤੇ ਉਹ ਭਾਲੂ ਨਾਲ ਤਾਂ ਕਰਾਈ ਲਈਆ ਸੀ ਫੋਟੋ, ਅਤੇ ਵਿੱਚ ਮੈਂ ਐਡ ਕਰੂੰਗਾ ਤੁਸੀਂ ਵੇਖਿਆ। ਆ ਇੱਧਰ ਆਰਮੀ ਵਾਲਿਆਂ ਦੀਆਂ ਗੱਡੀਆਂ ਖੜੀਆਂ ਨੇ, ਪੁਰਾਣੀਆਂ ਜੀਪਾਂ ਵੇਖੋ। ਆਪਣੇ ਵੀ ਇੱਦਾਂ ਦੀ ਮੋਡੀਫਾਈ ਕਰਦੇ ਹੁੰਦੇ ਵੈਸੇ ਤਾਂ, ਆਹ ਇੱਥੇ ਜੈਨੂਅਨਲੀ, ਅਤੇ ਉਹ ਪਿੱਛੇ ਵੈਟਰਨ ਵਾਰ ਵਾਲਿਆਂ ਦਾ ਉਹ ਬਣਿਆ ਹੋਇਆ ਹੈਗਾ ਸਟੈਚੂ,
ਜੋ ਸ਼ਹੀਦਾਂ ਨੂੰ ਮਤਲਬ ਸ਼ਰਧਾਂਜਲੀ ਆਪਾਂ ਕਹਿ ਦਿੰਦੇ ਹਾਂ ਵੀ ਦੇਣ ਨੂੰ। ਗੱਡੀਆਂ ਵੇਖੋ ਤੁਸੀਂ ਕਿੰਨੀਆਂ ਸ਼ਾਨਦਾਰ ਬਣਾਈਆਂ ਇਹਨਾਂ ਨੇ। ਆ ਜੋਂਗਾ ਆ ਗਿਆ, ਬੜਾ ਸੋਹਣਾ ਆਈ ਜੋਂਗਾ, ਇਹ ਅਮੈਰੀਕਾ ਤੋਂ ਇੰਪੋਰਟ ਕੀਤਾ ਹੋਇਆ ਲੱਗਦਾ ਕਿਉਂਕਿ ਲੈਫਟ ਸਾਈਡ ਸਟੀਅਰਿੰਗ ਆ। ਇਹ ਕਰੀਬ ਹੋਣਾ ਮੈਨੂੰ ਲੱਗਦਾ 45-50 ਦਾ, 1945-50 ਦੇ ਕਰੀਬ ਦੇ ਲਾਗੇ ਦੇ ਹੋਣਗੇ। ਬਹੁਤ ਪੁਰਾਣੀਆਂ ਪੁਰਾਣੀਆਂ ਗੱਡੀਆਂ ਸਾਂਭ ਕੇ ਰੱਖਦੇ ਆ ਇਹ ਆਪਣੇ, ਤਾਂ ਜਿਵੇਂ ਕਹਿੰਦੇ ਨੇ ਵੀ ਮੋਡੀਫਾਈ ਕਰ ਲਓ ਆਪਣੇ। ਜਿਵੇਂ ਹੁਣ ਇੱਕ ਸਰਕਾਰ ਨੇ ਹੋਰ ਨਵਾਂ ਰੂਲ ਬਣਾਇਆ ਵੀ ਡੀਜ਼ਲ ਵਾਲੀ ਗੱਡੀ ਆਪਣਾ 10 ਸਾਲ ਤੋਂ ਜ਼ਿਆਦਾ ਚਲਾ ਨਹੀਂ ਸਕਦੇ। ਇੱਥੇ ਕੋਈ ਇੱਦਾਂ ਦਾ ਰੂਲ ਨਹੀਂ, ਇੱਥੇ ਗੱਡੀ ਤੁਹਾਡੀ ਚੱਲਣੀ ਚਾਹੀਦੀ ਹੈ, ਵਧੀਆ ਹੋਣੀ ਚਾਹੀਦੀ ਆ ਕੰਡੀਸ਼ਨ। ਡਜ਼ਨਟ ਮੈਟਰ ਤੁਸੀਂ ਉਹ 70 ਸਾਲ ਪੁਰਾਣੀ ਆ ਜਾਂ 50 ਸਾਲ ਪੁਰਾਣੀ ਆ ਜਾਂ 10 ਸਾਲ ਪੁਰਾਣੀ ਆ। ਇੱਕ ਆ ਜੀ ਇੱਧਰ, ਸਾਰੀਆਂ ਵੈਸੇ ਅਮੈਰੀਕਾ ਤੋਂ ਇੰਪੋਰਟਡ ਨੇ ਇਹ ਸਾਰੀਆਂ ਦੇ ਲੈਫਟ ਹੈਂਡ ਸਟੀਅਰਿੰਗ ਵੀਲ ਆ। ਮੌਸਮ ਵੀ ਬਹੁਤ ਸੋਹਣਾ ਹੁੰਦਾ ਜਾ ਰਿਹਾ ਹੁਣ। ਇਹ ਗੇਮ ਚੱਲ ਰਹੀ ਹੈ, $10 ਮੰਗੇ ਆ ਗੇਮ ਦੇ, ਅਤੇ ਪਤਾ ਨਹੀਂ ਵੈਸੇ ਪੁੱਛਦੇ ਹਾਂ ਦੇਖਦੇ ਹਾਂ ਕਾਹਦੀ ਗੇਮ ਹੈ। Now, the cost of spinner one, the bet has now doubled, so we now have 20 quid in the pool. So we're now spinning again. Okay, any more side bets? Any side bets over there? Oh, here we go. Head up, spin them. ਅੱਛਾ ਹੁਣ ਸਮਝ ਲੱਗੀ ਗੇਮ ਇਹ ਵੀ, ਜਿਹਨੇ 10 ਲਾਣੇ ਆ 2 ਸਿੱਕੇ ਉਛਾਲਣੇ ਆ, ਅਤੇ ਜਿਹੜੇ 2 ਸਿੱਕੇ ਉਹ ਜੱਜ ਕਰਨਗੇ ਵੀ ਹਾਂਜੀ ਵੀ ਹੈਡਸ ਆਊਗਾ ਕਿ ਟੇਲਸ ਆਊਗਾ, ਅਤੇ ਫਿਰ ਉਹਦੇ ਹਿਸਾਬ ਨਾਲ ਜੇ ਦੋਨੇ ਸਿੱਕੇ ਹੈਡਸ ਆ ਗਏ ਜਾਂ ਟੇਲਸ ਆ ਗਏ ਤਾਂ ਫਿਰ ਉਹ ਜਿਹਨੇ ਵੀ ਪਾਏ ਹੁੰਦੇ ਪੈਸੇ ਉਹ ਸਾਰੇ ਉਹ ਜਿੱਤ ਜਾਂਦਾ, ਵੀ ਇੱਕ ਤਰ੍ਹਾਂ ਦਾ ਇੱਕ ਜੂਆ ਵੀ ਕਹਿ ਸਕਦੇ ਆਪਾਂ। ਆਰਮੀ ਪਰੇਡ ਹੈ, ਟ੍ਰੈਫਿਕ ਤਾਂ ਬਹੁਤ ਛੋਟੀ ਆ ਕਿਉਂਕਿ ਪਹਿਲਾਂ ਮੋਰਨਿੰਗ 'ਚ ਹੋ ਗਈ ਆ ਵੱਡੀ ਵਾਲੀ।
ਬਸ ਇੰਨੀ ਸੀਗੀ ਪਰੇਡ। ਡਰੈਸਿਸ ਦੇਖੋ ਤੁਸੀਂ ਇਹਨਾਂ ਦੀਆਂ, ਬੜੀਆਂ ਸ਼ਾਨਦਾਰ ਡਰੈਸਿਸ ਲੱਗਦੀਆਂ ਨੇ। ਸੀਗਾ ਜੀ ਆਪਣਾ ਇਨਜ਼ਿਕ ਡੇ ਦੀ ਸੈਲੀਬ੍ਰੇਸ਼ਨ, ਅਤੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਵਲੌਗ ਪਸੰਦ ਆਇਆ ਹੋਣਾ, ਅਤੇ ਜੁੜੇ ਰਹੋ ਸਾਡੇ ਨਾਲ ਅੱਗੇ ਵਾਲੇ ਵਲੌਗਾਂ ਲਈ, ਤੁਹਾਨੂੰ ਵਧੀਆ ਤੋਂ ਵਧੀਆ ਕੰਟੈਂਟ ਲੈ ਕੇ ਆਵਾਂਗੇ। ਅਤੇ ਮੈਂ ਅੱਜ ਹੈਰਾਨ ਹੋਇਆ, ਇੱਕ ਗੋਰਾ ਮੇਰੇ ਕੋਲ ਆਇਆ, ਆਰਮੀ ਆਫਿਸਰ ਸੀਗਾ ਉਦੋਂ, ਚਲੋ ਮੇਰਾ ਕੈਮਰਾ ਔਨ ਨਹੀਂ ਸੀ, ਮੈਨੂੰ ਮੌਕਾ ਨਹੀਂ ਮਿਲਿਆ ਔਨ ਕਰਨ ਦਾ, ਅਤੇ ਉਹ ਐਪਰੀਸ਼ੀਏਟ ਕਰਕੇ ਆ, ਕਹਿੰਦਾ ਇਟ ਵਾਜ਼ ਰੀਅਲੀ ਗੁੱਡ, ਕਹਿੰਦਾ ਵੀ ਜਿਹੜਾ ਇੰਡੀਅਨ ਸੋਰੀ ਸਿੱਖ ਆਰਮੀ ਸੀਗੀ ਜਿਹੜੀ ਵੀ ਬ੍ਰਿਟਿਸ਼ਰਸ ਦੇ ਨਾਲ ਲੜੀ ਸੀਗੀ, ਅਤੇ ਉਹ ਬਹੁਤ ਐਪਰੀਸ਼ੀਏਟ ਕਰਕੇ ਗਿਆ ਸੀ ਉਹ ਚੀਜ਼ ਨੂੰ, ਅਤੇ ਬਹੁਤ ਵਧੀਆ ਲੱਗਿਆ। ਅਤੇ ਮੈਨੂੰ ਤਾਂ ਸੀਗਾ ਕੋਈ ਕੋਈ ਵੀ ਆਪਣਾ ਪੰਜਾਬੀ ਸਰਦਾਰ ਮੁੰਡਾ ਵੀ ਕਿਤੇ ਕੋਈ ਮਿਲ ਸਕਦਾ ਵੀ ਉਹਦੇ ਨਾਲ ਗੱਲ ਕਰਾਂਗੇ, ਬਟ ਸਾਨੂੰ ਮੌਕਾ ਨਹੀਂ ਮਿਲਿਆ। ਮੌਕਾ ਕੀ ਵੈਸੇ ਸਾਨੂੰ ਮਿਲਿਆ ਹੀ ਨਹੀਂ, ਬੰਦਾ ਹੀ ਨਹੀਂ ਮਿਲਿਆ ਕੋਈ ਸਾਰੇ ਇੱਥੇ ਫੰਕਸ਼ਨ ਦੇ ਵਿੱਚ। ਮੈਨੂੰ ਲੱਗਦਾ ਜ਼ਿਆਦਾ ਸੁਬਾਹ ਆ ਕੇ ਚਲੇ ਗਏ ਹੋਣਗੇ ਉਹ, ਅਤੇ ਪਰ ਕੋਈ ਨਹੀਂ, ਵਧੀਆ ਵਧੀਆ ਲੱਗਿਆ ਸਾਨੂੰ ਇਹ ਇਵੈਂਟ। ਅਤੇ ਚਲੋ ਜੁੜੇ ਰਹੋ ਜੀ, ਮਿਲਦੇ ਹਾਂ ਤੁਹਾਨੂੰ ਕਿਸੇ ਅਗਲੇ ਨਵੇਂ ਬਲੌਗ ਦੇ ਵਿੱਚ, ਉਦੋਂ ਤੱਕ ਸਤਿ ਸ਼੍ਰੀ ਅਕਾਲ।